ਸਰ ਬਹਾਦਰ ਚ ਕੋਈ ਗੋਲੀ ਚਲੀ, ਕੀ ਮਾਮਲਾ ਹੈਗਾ ਸਰ ਤੇ ਹਾਂ ਜੀ, ਕੀ? ਸਵੇਰੇ ਕਰੀਬ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ। ਇੱਥੇ ਵਿਜੇ ਸੈਲੂਨ ਹੈਗਾ, ਉੱਥੇ ਸੋਨੂ ਸ਼ਾਹ ਜਿਨ੍ਹਾਂ ਦਾ ਪੂਰਾ ਨਾਮ ਏਵਨ ਚੀਮਾ ਹੈਗਾ, ਜਿਹੜੇ ਝਬਾਲ ਤੋਂ ਮੌਜੂਦਾ ਸਰਪੰਚ ਹੈਗੇ ਆ, ਇਹ ਉੱਥੇ ਆਪਣੀ ਕਟਿੰਗ ਵਗੈਰਾ ਕਰਾ ਰਹੇ ਸੀਗੇ ਅਤੇ ਉੱਥੇ ਦੋ ਬੰਦ ਅਣਪਛਾਤੇ ਬੰਦੇ ਆਏ ਆ। ਉਹ ਇੱਕ ਅੰਦਰ ਐਂਟਰ ਕਰਦਾ, ਐਂਟਰ ਕਰਨ ਤੋਂ ਬਾਅਦ ਉੱਥੇ 5 ਕੁ ਮਿੰਟ ਉਹ ਖੜਾ ਰਹਿੰਦਾ। ਜਦੋਂ ਇਹਨਾਂ ਦਾ ਆਪਦੀ ਕਟਿੰਗ ਵਗੈਰਾ ਪੂਰੀ ਹੋ ਜਾਂਦੀ ਹੈ, ਇਹ ਆ ਕੇ ਉੱਥੋਂ ਜਿੱਥੇ ਆਮ ਪਬਲਿਕ ਵੇਟ ਕਰ ਰਹੀ ਹੁੰਦੀ ਹੈ ਉੱਥੇ ਬੈਠਦੇ ਆ, ਤਾਂ ਉਹ 2 ਗੋਲੀਆਂ ਇਹਨਾਂ ਦੇ ਮਾਰ ਕੇ ਤਾਂ ਉਹ ਭੱਜ ਜਾਂਦੇ ਆ। ਮੌਕੇ ਤੋਂ ਪ੍ਰੀਲੈਂਡ ਇਨਵੈਸਟੀਗੇਸ਼ਨ ਤੋਂ ਲੱਗਦਾ ਵੀ ਇਹਨਾਂ ਦੀ ਕੋਈ ਪਿੱਛੇ, ਇਹ ਵੀ ਆਪ ਵੀ ਅਲਰਟ ਰਹਿੰਦੇ ਸੀ ਕਿ ਵੈਪਨ ਪਰਸਨਲ ਰੱਖਿਆ ਹੋਇਆ ਸੀ, 2 ਇਹਨਾਂ ਨੇ ਪ੍ਰਾਈਵੇਟ ਆਪਦੇ ਨਾਲ, ਕੋਈ ਮੁੰਡੇ ਗਨਮੈਨ ਇੱਕ ਵੀ ਰੱਖੇ ਹੋਏ ਸੀਗੇ। ਔਰ ਅੱਜ ਕੁਦਰਤੀ ਇਹਨਾਂ ਦਾ ਜਿਹੜਾ ਵੈਪਨ ਸੀ ਉਹ ਗੱਡੀ 'ਚ ਪਿਆ ਸੀਗਾ, ਐਂਡ ਹਜੇ ਤੱਕ ਦੀ ਇਹਨਾਂ ਸ਼ਾਇਦ ਕੋਈ ਅੰਮ੍ਰਿਤ ਪਾਲ ਬਾਠ ਹੈਗਾ ਨਾਲ ਦੇ ਲਾਗੇ ਮੀਆਂ ਵਾਲੀ ਪਿੰਡ ਤੋਂ, ਉਹਦੇ ਨਾਲ ਕੋਈ ਰਾਈਵਲਰੀ ਵਗੈਰਾ ਚੱਲਦੀ ਆ। ਉਹਨੇ ਫੇਸਬੁੱਕ ਤੇ ਪਹਿਲੇ ਵੀ 1-2 ਵਾਰ ਇਹਨਾਂ ਨੂੰ ਕੋਈ ਥ੍ਰੈਟਨਿੰਗ ਪਾਈ ਆ ਵੀ ਮੈਂ ਤੁਹਾਡੇ ਕਰਕੇ ਮੈਨੂੰ ਬਾਹਰ ਭੱਜਣਾ ਪਿਆ ਜਾਂ ਕਰਨਾ ਪਿਆ, ਤਾਂ ਮੇ ਬੀ ਕੁਛ ਹੋਰ ਐਂਗਲਸ ਤੇ ਵੀ, ਮੇਨ ਤਾਂ ਹਜੇ ਤੱਕ ਉਹੀ ਸਾਹਮਣੇ ਆਈ ਆ, ਬਾਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ। ਸਪੈਸਿਫਿਕ ਲੀਡਸ ਸਾਡੇ ਕੋਲ ਹੈਗੀਆਂ, ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ। ਸਰ ਕਿੰਨੇ ਲੋਕ ਫਾਇਰਿੰਗ ਹੋਈ ਹੈ ਔਰ ਕਿੱਥੇ ਕਿੱਥੇ ਲੱਗੀਆਂ ਨੇ? ਇਹਨਾਂ ਦੇ ਮੇਰੇ ਖਿਆਲ ਲਈ ਪੇਟ ਦੇ ਵਿੱਚ ਹੀ ਇੰਜਰੀ ਸੀਗੀਆਂ, ਦੋ ਦੋ ਰਾਊਂਡ ਟੋਟਲ ਉੱਥੋਂ ਮਿਲੇ ਆ, ਖੋਲ ਸਾਨੂੰ 2 ਹੀ ਰਾਊਂਡ ਮਿਲੇ ਆ ਔਰ 2 ਫਾਇਰ ਹੋਏ ਨੇ। ਕੋਈ ਡੈਥ ਹੋ ਗਈ ਨਾ? ਹਾਂਜੀ। ਤੇ ਸਰ ਅੰਮ੍ਰਿਤਪਾਲ ਕੋਈ ਗੈਂਗਸਟਰ ਹੈ ਜਾਂ ਕਿੱਥੇ? ਨਹੀਂ ਜੀ, ਇੱਥੇ ਹੀ ਪਿੰਡ ਤੋਂ ਉਹਦੇ, ਅਸੀਂ ਅੰਮ੍ਰਿਤਪਾਲ ਬਲ ਨਹੀਂ ਜੀ, ਬਾਠ ਹੈ। ਬਾਠ ਬਾਠ ਹਾਂਜੀ ਹਾਂ, ਬਾਠ ਹੈ ਉਹਦੇ 'ਤੇ। ਵੈਸੇ ਉਹ ਨੋਟੋਰੀਅਸ ਕਹਿ ਸਕਦੇ ਹੋ, ਪਰਚੇ ਉਹਦੇ 'ਚ 16-17 ਪਰਚੇ ਹੈਗੇ ਆ, ਔਰ ਪ੍ਰੈਜੈਂਟਲੀ ਉਹ ਪਤਾ ਲੱਗਿਆ ਵੀ ਸ਼ਾਇਦ ਜਰਮਨੀ 'ਚ ਹੈਗਾ। ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ 'ਤੇ ਕਈ ਵਾਰ ਪਹਿਲੇ, ਜੋ ਹਜੇ ਤੱਕ ਪ੍ਰੀਲਿਮਨਰੀ ਇਹਨਾਂ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ, ਕਿ ਉਹਦੇ ਵੱਲੋਂ ਥ੍ਰੈਟ ਕੀਤਾ ਗਿਆ ਸੀ, ਤਾਂ ਅਸੀਂ ਵਰਕਆਊਟ ਕਰ ਰਹੇ ਹਾਂ ਜੀ।